मलक नंकल मनजीत सिंह मालोवाल हरप्रीत कौर मीरा चक सुखराज कौर मैनिया ब्राह्मणा बलविंदर सिंह मैसम कौर कलां रणजीत सिंह नारायणगढ़ हरजीत कौर बहुत एक महान दिन आ कि पिछले दिन जड़ियां साड़ियां सरपंची दियां ते पंचां दियां चोणां होईयां सीगियां उन्हां दे विच जिहड़े भी सरपंच ते पंच साहिबान जेतू होए सीगे उन्हां नूं बहुत बहुत वधाईयां। बड़े अमन अमान दे नाल पंजाब दे विच चोणां नेपरे चाढ़ियां ने। साढ़े माणयोग मुख्यमंत्री सरदार भगवंत सिंह मान साहब का सुपना सीगा कि असीं वध तों वध पिंडां दे विच जिहड़ियां ने उह सर्वसंमतियां कराइए। सो असीं उहदे विच काफ़ी कामयाब भी होए हाँ और जिथे जिथे चोणां भी होईयां ने उत्थे भी चोणां बड़े अमन अमान तरीके दे नाल संविधानक तरीके दे नाल होईयां ने। किसे तरां दी कोई धक्केशाही नहीं होई। सारयां ने इस लोकतंत्र दे त्यौहार दे विच अपना योगदान पाया। सो अज जिन्ने भी सरपंच साहिबान पंजाब दे विचों चुने गए ने उन्हां दा अज सहुं चुक समागम आ लुधियाना दे विच। ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਅਤੇ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਉੱਥੇ ਪਹੁੰਚ ਰਹੇ ਨੇ। ਸੋ ਮੈਂ ਜੰਡਿਆਲਾ ਹਲਕੇ ਦੇ ਜਿੰਨੇ ਵੀ ਸਰਪੰਚ ਸਾਹਿਬਾਨ ਚੁਣੇ ਗਏ ਨੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਸਾਰਿਆਂ ਨੂੰ ਅੱਜ ਇਸ ਗੱਲ ਦੀਆਂ ਸ਼ੁਭਕਾਮਨਾਵਾਂ ਦਿੰਦਾ ਕਿ ਉਹ ਸੰਵਿਧਾਨਕ ਪ੍ਰੋਵੀਜ਼ਨ ਜਿਹੜੀਆਂ ਨੇ ਉਹਨਾਂ ਦਾ ਹਿੱਸਾ ਬਣੇ ਨੇ ਔਰ ਸੰਵਿਧਾਨ ਦੇ ਰਾਹੀਂ ਜੋ ਉਹਨਾਂ ਦਾ ਸਹੁੰ ਚੁੱਕ ਸਮਾਗਮ ਆ ਉਹ ਹੋਣ ਜਾ ਰਿਹਾ। ਸੋ ਮੈਂ ਆਸ ਕਰਦਾ ਹਾਂ ਕਿ ਇਹ ਸਹੁੰ ਚੁੱਕ ਸਮਾਗਮ ਤੋਂ ਬਾਅਦ ਜਦੋਂ ਵੀ ਉਹ ਆਪਣੇ ਪਿੰਡਾਂ ਦੇ ਵਿੱਚ ਵਿਚਰਨਗੇ ਆਪਣੇ ਪਿੰਡਾਂ ਦੇ ਵਿੱਚ ਸਾਂਝੇ ਕੰਮ ਜਿਹੜੇ ਆ ਉਹ ਕਰਨਗੇ ਉਹਦੇ ਨਾਲ ਸਾਡੇ ਸਮੁੱਚੇ ਨਗਰਾਂ ਦਾ ਸਮੁੱਚੇ ਪਿੰਡਾਂ ਦਾ ਜਿਹੜਾ ਵਿਕਾਸ ਆ ਉਹ ਹੋਊਗਾ। ਮੈਂ ਖਾਸ ਤੌਰ 'ਤੇ ਬੇਨਤੀ ਕਰਦਾ ਹਾਂ ਕਿ ਜਿਹੜਾ ਵੀ ਸਰਪੰਚ ਚੁਣਿਆ ਜਾਂਦਾ ਹੈ ਉਹ ਫਿਰ ਨਗਰ ਦਾ ਉਹ ਪਿੰਡ ਦਾ ਸਰਪੰਚ ਹੁੰਦਾ ਉਹਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸੇ ਤਰ੍ਹਾਂ ਦਾ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਨਾ। ਸਾਰਿਆਂ ਨੂੰ ਬਰਾਬਰ ਸਮਝਦੇ ਹੋਏ ਆਪਾਂ ਸਮੂਹਿਕ ਵਿਕਾਸ ਜਿਹੜੇ ਨੇ ਉਹ ਪਿੰਡਾਂ ਦੇ ਕਰਨੇ ਨੇ। ਸੋ ਮੇਰੇ ਵੱਲੋਂ ਜਿੰਨੇ ਵੀ ਸਰਪੰਚ ਸਾਹਿਬਾਨ ਅੱਜ ਜੰਡਿਆਲਾ ਗੁਰੂ ਹਲਕੇ ਤੋਂ ਜਾ ਰਹੇ ਨੇ ਸਾਰੇ ਹੀ ਸਾਡੇ ਇੱਥੇ ਪਹਿਲਾਂ ਅਸੀਂ ਪਾਰਟੀ ਦਫ਼ਤਰ ਇਕੱਠੇ ਹੋਏ ਹਾਂ ਔਰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸੋ ਮੈਂ ਆਸ ਕਰਦਾ ਹਾਂ ਕਿ ਇਸ ਸਹੁੰ ਚੁੱਕ ਸਮਾਗਮ ਤੋਂ ਬਾਅਦ ਜਿਹੜਾ ਇੱਕ ਬਹੁਤ ਵੱਡਾ ਸਮਾਗਮ ਆ ਅੱਜ ਪੰਜਾਬ ਦੇ ਵਿੱਚ ਇਸ ਤੋਂ ਬਾਅਦ ਜਿਹੜਾ ਇਹ ਆਪਣੇ ਆਪਣੇ ਨਗਰਾਂ ਦੇ ਵਿੱਚ ਜਾ ਕੇ ਆਪਣਾ ਵਿਕਾਸ ਕਰਨਗੇ ਔਰ ਪੰਜਾਬ ਦਾ ਲੋਕਤੰਤਰ ਭਾਰਤ ਦਾ ਲੋਕਤੰਤਰ ਜਿਹੜਾ ਕਿ ਹੇਠਲੇ ਪੱਧਰ ਤੱਕ ਪਿੰਡ ਪੱਧਰ ਤੱਕ ਲੋਕਤੰਤਰ ਦਾ ਇਹ ਪੰਚਾਇਤਾਂ ਪ੍ਰਤੀਕ ਨੇ ਔਰ ਮੇਰੇ ਵੱਲੋਂ ਸਾਰੇ ਚੁਣੇ ਹੋਏ ਸਰਪੰਚ ਸਾਹਿਬਾਨਾਂ ਨੂੰ ਪੰਚ ਸਾਹਿਬਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਸ਼ੁਭਕਾਮਨਾਵਾਂ। ਆਸ ਕਰਦਾ ਹਾਂ ਕਿ ਇਹ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਨਗਰਾਂ ਦੇ ਵਿੱਚ ਸੁਖੀ ਸੰਧੀ ਵਸਣ ਔਰ ਆਪਣੇ ਕੌਮ ਦਾ ਆਪਣੇ ਸੂਬੇ ਦਾ ਆਪਣੇ ਪਿੰਡਾਂ ਦਾ ਵਿਕਾਸ ਜਿਹੜਾ ਹੈ ਉਹ ਕਰਨ। ਬਹੁਤ ਬਹੁਤ ਧੰਨਵਾਦ।